ਹੈਲੋ ਗਾਇਸ ਕੀ ਹਾਲ ਚਾਲ ਤੁਹਾਡੇ ਸਾਰੇ ਦੇ ਹੋਪ ਕਰਦਾ ਕਿ ਸਾਰੇ ਵਧੀਆ ਹੋਣਗੇ ਸੋ ਦੋਸਤੋ ਅੱਜ ਤੁਹਾਨੂੰ ਸ਼ਰਟਸ ਦੇ ਬਿਗੇਸਟ ਮੈਨੂਫੈਕਚਰਰ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕਿਆ ਬਟ ਇਹ ਸਭ ਤੋਂ ਹੀ ਜ਼ਿਆਦਾ ਹਿਊਜ ਮੈਨੂੰ ਪਤਾ ਨਹੀਂ ਸੀ ਬਟ ਇਹਨਾਂ ਕੋਲੇ ਦੋ ਫੈਕਟਰੀਜ਼ ਨੇ ਸੋ ਬਹੁਤ ਹੀ ਵੱਡੇ ਵੱਡੇ ਪਲਾਂਟਸ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਵੀਡੀਓ ਦੇ ਵਿੱਚ ਸੋ ਇਹਨਾਂ ਕੋਲ ਜਿਹੜੀ ਵੈਰਾਈਟੀ ਮਿਲਦੀ ਹੈ 115 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਸ਼ਰਟਸ ਔਰ ਇਹਨਾਂ ਕੋਲ ਜਿਹੜੀ ਕੁਆਲਿਟੀ ਮਿਲਦੀ ਹੈ ਬੈਸਟ ਕੁਆਲਿਟੀ ਮਿਲੂਗੀ ਤੁਹਾਨੂੰ ਕੇਡੀ ਟ੍ਰੇਡਿੰਗ ਲੁਧਿਆਣਾ ਗਾਂਧੀ ਨਗਰ ਮਾਰਕੀਟ 2 ਨੰਬਰ ਗਲੀ ਫਤਿਹਗੜ੍ਹ ਮੁਹੱਲਾ ਸੋ ਇਹਨਾਂ ਦਾ ਕੰਟੈਕਟ ਨੰਬਰ ਦਿੱਤਾ ਹੀ ਹੈ ਤੁਹਾਨੂੰ ਸੋ ਭਾਜੀ ਨੂੰ ਵੀ ਤੁਹਾਨੂੰ ਮਿਲਵਾਉਣੇ ਆ ਇੱਥੇ ਦੇ ਜਿਹੜੇ ਕਿ ਓਨਰ ਨੇ ਸੋ ਬਾਕੀ ਇਹਨਾਂ ਦੀ ਵੈਰਾਈਟੀ ਜਿੱਦਾਂ ਕਿ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਕਵਰ ਕੀਤੀ ਹੈ ਤੁਸੀਂ ਵੀਡੀਓ ਨੂੰ ਦੇਖੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਆਰਡਰ ਕਰਨ ਦੇ ਲਈ ਸਕਰੀਨ ਤੇ ਨੰਬਰ ਦਿੱਤੇ ਹੀ ਨੇ ਜੀ ਸੋ ਹਾਂਜੀ ਗਾਈਸ ਜਿਹੜੇ ਕਿ ਇੱਥੇ ਦੇ ਓਨਰ ਨੇ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਬਹੁਤ ਵਧੀਆ ਠੀਕ ਹੋ ਸਰ ਬਹੁਤ ਵਧੀਆ ਸੋ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਭਾਜੀ ਮੇਰਾ ਨਾਮ ਦਵਿੰਦਰ ਸਾਨੀ ਪੈਂਦਾ ਮੇਰੀ ਫਰਮ ਦਾ ਨਾਮ ਕੇਡੀ ਟ੍ਰੇਡਿੰਗ ਹੈ ਆਪਣੀ ਫਰਮ ਘੱਟੋ 15 ਸਾਲ ਪੁਰਾਣੀ ਹੈ ਜੀ ਠੀਕ ਹੈ ਜੀ ਜਿੱਥੇ ਵਰਕਿੰਗ ਕਰ ਰਹੀ ਹੈ ਬਿਲਕੁਲ ਔਰ ਜਿਹੜਾ ਮੈਂ ਸੁਣਿਆ ਭਾਜੀ ਆਪਣੇ ਕੋ 115 ਤੋਂ ਸ਼ਰਟ ਸਟਾਰਟ ਹੈ ਬਿਲਕੁਲ 115 ਤੋਂ ਲੈ ਕੇ 400 ਤੋਂ ਘੱਟ ਹੀ ਹੋਏਗਾ ਤੁਹਾਨੂੰ ਬਿਲਕੁਲ ਬਿਲਕੁਲ ਸੈਟ ਵਿੱਚ ਮਾਲ ਮਿਲੇਗਾ ਠੀਕ ਹੈ ਔਰ ਸਾਈਜ਼ ਹਰ ਐਮ ਐਲ ਐਕਸਲ ਵੀ ਹੁੰਦਾ ਡਬਲ ਐਕਸਲ ਵੀ ਹੁੰਦਾ ਠੀਕ ਹੈ ਔਰ ਵੈਰਾਈਟੀ ਇਹਨਾਂ ਕੋਲ ਹਿਊਜ ਮਿਲਣ ਵਾਲੀ ਹੈ ਸੋ ਵੀਡੀਓ ਪੂਰੀ ਦੇਖਿਓ ਇੰਜੋਏ ਜ਼ਰੂਰ ਕਰਿਓ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰੀ ਵੀਡੀਓ ਸ਼ਰਟਸ ਤੇ ਹੋਣ ਵਾਲੀ ਹੈ ਸੋ ਵੀਡੀਓ ਜ਼ਰੂਰ ਦੇਖੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਡੀ ਚੈੱਕ ਸ਼ਰਟ ਮਿਲੇਗੀ ਤੁਹਾਨੂੰ 115 ਰੁਪਏ 115 ਤੁਹਾਡੀ ਸਟਾਰਟਿੰਗ ਹੈ ਘੱਟੋ 10 ਤੋਂ 15 ਰੇਂਜ ਮਿਲ ਜਾਣਗੇ ਚੈੱਕ ਸ਼ਰਟ ਹੈਗੀ ਹਾਰਡ ਕਲਰ ਆਏਗਾ ਸਟੈਂਡਰਡ ਸਾਈਜ਼ ਆ ਮਾਲ ਕੋ ਚੋਰ ਸਾਈਜ਼ ਮਾਲ ਨਹੀਂ ਹੋਏਗਾ ਦੇਖੋ ਕਲਰ ਦਿਖਾ ਦਿਓ ਹਾਂ ਕਲਰ ਦੇਖੋ ਇਹ ਅਲੱਗ ਕਲਰ ਆਏਗਾ ਇਹ ਕਲਰ ਅਲੱਗ ਆਏਗਾ ਹਰ ਡਿਜ਼ਾਈਨ ਦੇ ਘੱਟੋ ਹਰ ਡਿਜ਼ਾਈਨ ਦੇ 110 ਤੋਂ ਸਟਾਰਟਿੰਗ ਹੋ ਜਾਂਦੀ 115 ਰੁਪਏ ਤੋਂ ਸਟਾਰਟ ਹੈ 110 ਵਾਲਾ ਮਾਲ ਕਦੀ 110 ਵਾਲਾ ਹੁੰਦਾ ਹੈ ਕਦੀ 115 ਵਾਲਾ ਹੁੰਦਾ ਹੈ ਠੀਕ ਹੈ ਠੀਕ ਹੈ ਉਹ ਦੋਨੋਂ ਤੁਸੀਂ ਸਾਨੂੰ ਅਸੀਂ ਚੈਟ ਤੇ ਉਹਨੂੰ ਪਾ ਦਾਂਗੇ ਉਹਨੂੰ ਦਿਖਾ ਦਾਂਗੇ ਉਹਦੇ ਅੰਦਰ ਡਿਜ਼ਾਈਨ ਘੱਟੋ 8-10 ਡਿਜ਼ਾਈਨ ਰੈਗੂਲਰ ਮਿਲਣਗੇ ਐਮ ਐਲ ਐਕਸ ਸਾਈਜ਼ ਮਿਲ ਲੇਗਾ ਸਾਈਜ਼ ਜਿਹੜਾ ਕਹੋਗੇ ਤੁਸੀਂ ਉਹ ਵੀ ਦੇ ਦਾਂਗੇ ਉਹਦੇ ਬਾਅਦ ਆ ਜਾਏਗਾ ਤੁਹਾਡੇ ਕੋਲ 135 ਰੁਪਏ ਮਾਲ ਦੇ ਅੰਦਰ ਡਿਜ਼ਾਈਨ ਕਾਫੀ ਮਿਲਣਗੇ ਠੀਕ ਹੈ ਜੀ ਉਹਦੇ ਬਾਅਦ ਸਾਡੀ ਆਈਟਮ ਆ ਜਾਂਦੀ ਹੈ ਹੈਲੋ 145 ਰੁਪਏ ਇਹਦੇ ਅੰਦਰ ਕਾਫੀ ਡਿਜ਼ਾਈਨ ਦੇ ਦਾਂਗਾ ਮੈਂ ਡਿਜ਼ਾਈਨ ਘੱਟੋ ਸਾਰੇ 8 ਤੋਂ ਲੈ ਕੇ 10 ਡਿਜ਼ਾਈਨ ਕੋਲ ਐਮ ਐਲ ਐਕਸ ਸਾਈਜ਼ ਆਏਗਾ ਠੀਕ ਹੈ ਜੀ ਇਹ ਪਲੇਨ ਦਾ ਆਰਟੀਕਲ ਆ ਜਾਏਗਾ ਸਾਡੇ ਕੋਲ ਦੇਖੋ ਇਹਦੇ ਸਨੀ ਡੋਬੀ ਲਾਉਣ ਮਿਲੇਗਾ ਸਨੀ ਡੋਬੀ ਸਾਡੇ ਕੋਲ ਜਦੋਂ ਸਟਾਰਟ ਹੋਏਗਾ ਘੱਟੋ 150 ਰੁਪਏ ਸਟਾਰਟ ਹੋਏਗੀ ਸਨੀ ਡੋਬੀ ਇਹਦੇ ਅੰਦਰ 12 ਕਲਰ ਚਾਰਟ ਆਏਗਾ ਇਸ ਤਰ੍ਹਾਂ 12 ਕਲਰ ਦਾ ਚਾਰਟ ਆਏਗਾ ਠੀਕ ਹੈ 150 ਰੁਪਏ ਦਾ ਸਟਾਰਟ ਹੈ ਉਹਦੇ ਬਾਅਦ ਇਹੀ ਰੇਟ ਵੱਧਦਾ ਰਹੇਗਾ 165 ਵਾਲੀ ਵੀ ਆਏਗੀ 170 ਵਾਲੀ ਵੀ ਆਏਗੀ 185 ਵਾਲੀ ਆਏਗੀ ਇਸੇ ਤਰ੍ਹਾਂ ਆਰਟੀਕਲ ਆਉਂਦੇ ਰਹਾਂਗੇ ਅਲੱਗ ਅਲੱਗ ਡਿਜ਼ਾਈਨ ਆਉਂਦੇ ਰਹਾਂਗੇ ਸਾਰਾ 8 ਤੋਂ ਲੈ ਕੇ 12 ਕਲਰ ਦਾ ਚਾਰਟ ਆਏਗਾ ਫਿਰ ਟਵਿਲ ਆ ਜਾਏਗੀ ਤੁਹਾਨੂੰ ਇਹ ਦੇਖੋ ਟਵਿਲ ਦਾ ਮਾਲ ਆ ਜਾਏਗਾ ਟਵਿਲ ਦੇ ਮਾਲ ਦੇ ਅੰਦਰ ਘੱਟੋ ਤੁਹਾਨੂੰ 200 ਰੁਪਏ ਤੋਂ ਸਟਾਰਟਿੰਗ ਹੋਈ ਸਾਡੀ ਆਈਟਮ ਆਈਟਮ ਤੁਹਾਨੂੰ ਮੇਨ ਸਾਡਾ ਜਿਹੜਾ ਹੈ ਮੋਟਿਵ ਹੈਗਾ ਪਲੇਨ ਦੀ ਸ਼ਰਟ 150 ਰੁਪਏ ਤੋਂ ਲੈ ਕੇ 300 ਤੱਕ ਆਰਟੀਕਲ ਹੈਗਾ ਠੀਕ ਹੈ ਜੀ ਹੁਣ ਉਸ ਤੋਂ ਵਧੀਆ ਵਾਲੇ ਮਾਲ ਲਈ ਤੁਹਾਨੂੰ ਆ ਇਹ ਪਲੇਨ ਸ਼ਰਟ ਤੁਹਾਨੂੰ ਮਿਲ ਜਾਣਗੀ ਦੇਖੋ ਜੀ ਇਹ ਸਿੰਗਲ ਪੀਸ ਪੈਕਿੰਗ ਵਾਈਟ ਬਲੈਕ ਹੋਏਗਾ 260-270 ਰੁਪਏ ਤੋਂ ਸਟਾਰਟ ਹੋ ਜਾਏਗੀ ਸਾਡੇ ਕੋਲ ਠੀਕ ਹੈ ਜੀ ਉਹਦੇ ਬਾਅਦ ਸਾਡੇ ਕੋਲ ਆਰ ਐਫ ਡੀ ਸ਼ਰਟ ਆ ਜਾਏਗੀ ਕਾਰਗੋ ਸ਼ਰਟ ਆ ਜਾਏਗੀ ਇਹਦੇ 'ਚ ਤੁਹਾਨੂੰ ਇਹ ਚੀਜ਼ਾਂ ਮਿਲ ਜਾਣਗੀਆਂ ਇਹ ਦੇਖੋ ਇਹ ਸਾਡੀ ਆਰ ਐਫ ਡੀ ਸ਼ਰਟ ਹੈਗੀ ਭਾਅ ਜੀ ਮਾਲ ਦੇਖੋ ਪ੍ਰੋਪਰ ਸਾਈਜ਼ ਹੋਗਾ ਸਟੈਂਡਰਡ ਸਾਈਜ਼ ਹੋਗਾ ਚੋਰ ਸਾਈਜ਼ ਮਾਲ ਕੋਈ ਵੀ ਨਹੀਂ ਹੋਗਾ ਇਹ ਰੇਂਜ ਆ ਜਾਏਗੀ ਇਹਦੇ ਅੰਦਰ ਵੀ ਤੁਹਾਨੂੰ ਇੱਕ ਕਲਰ ਚਾਰਟ ਮਿਲਣਗੇ ਇਸ ਤਰੀਕੇ ਨਾਲ 6-6 ਕਲਰ ਚਾਰਟ ਆਏਗਾ ਸਾਈਜ਼ ਐਮ ਐਲ ਐਕਸਲ ਆ ਜਾਏਗਾ ਠੀਕ ਹੈ ਜੀ ਇਹਦੇ ਸਾਈਜ਼ ਤੁਹਾਨੂੰ ਚੋਇਸ ਹੈ ਜਿਹੜਾ ਮਰਜ਼ੀ ਸਾਈਜ਼ ਲੈ ਲਓ ਇਹ ਕੋਈ ਚੱਕਰ ਨਹੀਂ ਕਿ ਤੁਸੀਂ ਕਲਰ ਤੁਹਾਨੂੰ ਪੂਰੇ ਆਵਾਂਗੇ ਸਾਈਜ਼ ਚੋਇਸ ਦੇ ਦਾਂਗੇ ਇਹ 285-90 ਤੋਂ ਸਾਡੀ ਸਟਾਰਟ ਹੈਗੀ ਚੀਜ਼ਾਂ ਠੀਕ ਹੈ ਜੀ ਉਹਦੇ ਬਾਅਦ ਸਾਡਾ ਇਹ ਸਿੰਗਲ ਪੀਸ ਵਾਈਟ ਦੀ ਪੈਕਿੰਗ ਤੁਹਾਨੂੰ ਦੱਸਿਆ ਸੀ ਇਹ ਵਾਈਟ ਆ ਜਾਏਗੀ ਇਹਦੇ ਸਨੀ ਡੋਬੀ ਵਾਲਾ ਮਾਲ ਆਏਗਾ ਤੁਹਾਨੂੰ ਇਹ ਸਨੀ ਡੋਬੀ ਵਾਲਾ 185 ਰੁਪਏ ਮਿਲੇਗਾ ਸਾਡੇ ਕੋਲ ਮਾਲ ਵਾਈਟ ਤੇ ਬਲੈਕ ਠੀਕ ਹੈ ਜੀ ਓਨਲੀ ਵਾਈਟ ਬਲੈਕ ਮਿਲੇਗਾ ਤੁਹਾਨੂੰ ਅੰਦਰ ਉਹਦੇ ਬਾਅਦ ਤੁਹਾਡੇ ਕੋਲ ਇੱਧਰ ਆ ਜਾਓ ਇਹ ਸਾਰਾ ਡੋਰਸ ਵਾਲਾ ਮਾਲ ਮਿਲ ਜਾਏਗਾ ਇਹ ਡੋਰਸ ਪੈਕਿੰਗ ਆਏਗੀ ਇਹਦੇ 6-6 ਕਲਰ ਚਾਰਟ ਆਏਗਾ ਸਾਈਜ਼ ਐਮ ਐਲ ਐਕਸਲ ਆਏਗਾ ਤੁਹਾਨੂੰ 170 ਦੀ ਸਟਾਰਟ ਹੋ ਜੀ ਤੁਹਾਡੇ ਕੋਲ ਚੀਜ਼ਾਂ ਇਹ ਦੇਖੋ ਇਹ ਆਰਟੀਕਲ ਸਾਡਾ ਅਲੱਗ ਹੈ 225 ਰੁਪਏ ਇਹ ਦੇਖੋ ਵਾਈਟ ਦੀ ਪੈਕਿੰਗ ਸਾਡੀ ਦੇਖੋ ਇਹ 230 ਰੁਪਏ ਦੀ ਰੇਂਜ ਸਾਰੀ ਅਲੱਗ ਅਲੱਗ ਆਵਾਂਗੀ ਸਾਡੇ ਕੋਲ ਸਾਰੇ ਡਿਜ਼ਾਇਨ ਲਗਾਏ ਸਾਰੇ ਬ੍ਰਾਂਡ ਅਲੱਗ ਆਵਾਂਗੇ ਸਾਡੇ ਕੋਲ ਠੀਕ ਹੈ ਤੁਹਾਨੂੰ ਚੀਜ਼ਾਂ ਸਾਰੀਆਂ ਮਿਲਣਗੇ ਤੁਸੀਂ ਬਾਕੀ ਸਾਰਾ ਕੁਝ ਚੈਟ ਤੇ ਪਤਾ ਕਰਦੇ ਰਹੋਗੇ ਇਹ ਦੇਖੋ ਇੱਕ ਇਹ ਮਾਲ ਉਤਰਿਆ ਟਵਿਲ ਦੇ ਅੰਦਰ ਨਵਾਂ ਆਰਟੀਕਲ ਅੱਜ ਉਤਰਿਆਗਾ 260 ਰੁਪਏ ਕੁੜਤਾ ਸਟਾਈਲ ਹਾਂਜੀ ਕੁੜਤਾ ਸਟਾਈਲ ਚੀਜ਼ਾਂ ਬਹੁਤ ਬਾਕੀ ਤੁਸੀਂ ਸਾਡੇ ਚੈਟ ਤੇ ਮਿਲਦੇ ਰਹੋਗੇ ਤੁਹਾਨੂੰ ਚੈਟ ਤੇ ਮੈਂ ਸਾਰੀ ਆਈਟਮ ਦਿਖਾਉਂਦਾ ਨਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਦੋਗੇ ਤੁਹਾਨੂੰ ਚੈਟ ਤੇ ਸਾਰੀ ਆਈਟਮ ਦਿਖਾ ਦਾਂਗਾ ਅਸੀਂ ਇਹ ਦੇਖੋ ਇਹ ਚੈੱਕ ਸ਼ੀਟ ਸ਼ੋਰਟ ਚੈੱਕ ਵੱਡੇ ਚੈੱਕ ਵੱਡੇ ਪ੍ਰਿੰਟ ਸਾਰੇ ਪ੍ਰਿੰਟ ਹੈਗੇ ਰੇਟ ਹੁਣ ਸਾਰੇ ਮਿਲਾਂਗੇ ਸਾਡੇ ਕੋਲੋਂ
बाकी तुम चैट से मेन क्योंकि वैरायटी बहुत ज्यादा दिखाना पॉसिबल नहीं है कि सारी आइटम दिखा सकिए। देखो पैकिंग सारा माल साफ सुथरा आएगा, पैकिंग वाला माल है और साइज सारे स्टैंडर्ड आएंगे। जी शर्ट की अगर गल करिए तो इनको ह्यूज वैरायटी है जिहड़ी कि 115 रुपए तो स्टार्टिंग हो जाती है। बिल्कुल सर 115 तो लेके 400 तक माल है, 115 रुपए तो स्टार्टिंग हो जाती है। सो इनको जिहड़ी वैरायटी है 300-400 रुपए तक शर्ट आ जाती है, मिल जाएगी और स्टैंडर्ड साइज है, कोई चोर साइज नहीं मालूम। अगर ऑर्डर करना तो बल्क के विच ही ऑर्डर लेंदे ने सिर्फ और सिर्फ होलसेल दे विच। बिल्कुल सर हां देखो माल सारा साफ सुथरा आएगा, पैकिंग बढ़िया है कि माल साफ सुथरा देना है ते क्वालिटी बढ़िया देनी है। देखो माल देखो बैक टोटल तो ਭਾਜੀ ਨੂੰ ਜਰੂਰ ਕਾਲ ਕਰੋ। ਕੇਜੀ ਟ੍ਰੇਡਿੰਗ ਇਹਨਾਂ ਦੀ ਸਾਰੀ ਵੈਰਾਈਟੀ ਸਾਰੀਆਂ ਫੈਕਟਰੀਜ਼ ਤੁਹਾਨੂੰ ਦਿਖਾ ਚੁੱਕੇ ਆ। ਸੋ ਇਹਨਾਂ ਕੋ ਵਿਜ਼ਿਟ ਕਰਨਾ, ਵਿਜ਼ਿਟ ਵੀ ਕਰ ਸਕਦੇ ਹੋ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਸੋ ਬਾਕੀ ਇਹਨਾਂ ਦਾ ਐਡਰੈਸ ਜਿਹੜਾ ਕਿ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਹੀ ਚੁੱਕਿਆ ਵਾਂ, ਸੋ ਤੁਸੀਂ ਫਟਾਫਟ ਇਹਨਾਂ ਨੂੰ ਆਰਡਰ ਕਰੋ ਜੀ। ਸੋ ਹਾਂਜੀ ਸਤਿ ਸ਼੍ਰੀ ਅਕਾਲ ਗਾਇਜ਼, ਹੁਣ ਇਹਨਾਂ ਦੀ ਜਿਹੜੀ ਫੈਕਟਰੀ ਹੈ ਸ਼ਰਟਸ ਦੀ ਆਪਾਂ ਉੱਥੇ ਪਹੁੰਚ ਚੁੱਕੇ ਆ ਸਰ, ਦੱਸਿਓ ਇਹਦੇ ਬਾਰੇ ਥੋੜੀ ਇਨਫੋਰਮੇਸ਼ਨ। ਹਾਂਜੀ ਮੇਰਾ ਆਪਣਾ ਕੇਜੀ ਟ੍ਰੇਡਿੰਗ ਦੇ ਨਾਮ ਤੇ ਹੈ, ਤੁਸੀਂ ਪਹਿਲੇ ਵੀ ਮੈਨੂੰ ਦੇਖਿਆ ਹੋਏਗਾ ਜੀ। ਮੇਰਾ ਕੇਜੀ ਨਾਮ ਆਪਣੇ ਸ਼ਰਟ ਦੀ ਮੈਨੂਫੈਕਚਰਿੰਗ ਹੈ ਜੀ। ਮੈਂ ਸ਼ਰਟ ਦੀ ਮੈਨੂਫੈਕਚਰਿੰਗ ਪਲਾਂਟ ਤੇ ਨੂੰ ਲੈ ਕੇ ਜਾ ਰਿਹਾ। ਲਓ ਜੀ ਆਜੋ ਤੁਹਾਨੂੰ ਦਿਖਾਉਂਦੇ ਆ ਪਲਾਂਟ ਸਾਰਾ। ਆਹ ਦੇਖੋ ਕਟਿੰਗ ਟੇਬਲ ਦਿਖਾਉਂਦੇ ਆ ਪਹਿਲਾਂ। ਸੋ ਲੁਧਿਆਣਾ ਦੀ ਸਭ ਤੋਂ ਵੱਡੀ ਫੈਕਟਰੀ ਤੁਹਾਨੂੰ ਦਿਖਾਉਣ ਜਾ ਰਿਹਾ, ਚੈੱਕ ਕਰੋ ਪਹਿਲਾਂ ਫੈਕਟਰੀ। ਲਓ ਜੀ ਇਹ ਸਾਰਾ ਵੱਡੀ ਲੇਅਰ ਲੱਗੀ ਭਾਜੀ, ਦੇਖੋ ਫੁੱਲ ਪਲਾਂਟ ਫੁੱਲ ਲੇਅਰ ਹੋ ਗਈ, ਇਸ ਨਾਲ ਸਾਡਾ ਪਰਤਾ ਘੱਟ ਤੋਂ ਘੱਟ ਆਂਦਾ। ਅੱਛਾ ਦੇਖੋ ਵੱਡੇ ਤੋਂ ਵੱਡਾ ਪਲਾਂਟ ਲੱਗਿਆ ਪਿਆ, ਉਧਰ ਵੀ ਟੇਬਲ ਲੱਗ ਰਿਹਾ, ਇਹ ਵੀ ਟੇਬਲ, ਤਿੰਨ ਟੇਬਲ ਲੱਗੇ ਮੇਰੇ। ਠੀਕ ਹੈ ਜੀ ਇਹ ਸਾਰਾ ਕਟਿੰਗ ਟੇਬਲ ਆ, ਫੈਬਰਿਕ ਦੇਖ ਸਕਦੇ ਹੋ ਸਾਰੇ ਇੱਥੇ ਫੈਬਰਿਕ ਆ ਪਏ ਨੇ। ਲਓ ਜੀ ਇਹ ਸਾਰੇ ਫੈਬਰਿਕ ਤਿਆਰ ਹੋਈ ਜਾ ਰਹੇ ਨੇ, ਸਾਰਾ ਡਿਜ਼ਾਈਨ ਤਿਆਰ ਹੋ ਗਿਆ। ਲਓ ਜੀ ਲੋ ਇਹ ਕਟਿੰਗ ਹੋਣ ਦੇ ਬਾਅਦ ਮਾਲ ਲੈ ਆ ਗਿਆ ਸਾਰਾ। ਅੱਛਾ ਜੀ ਠੀਕ ਹੈ, ਇਹ ਦੇਖੋ ਸਾਰੇ ਮਾਲ ਆ ਉਹਨਾਂ ਕੱਟ ਕੇ ਆ ਰਹੇ, ਦੇਖੋ ਸਭ ਟੇਬਲ ਤੇ ਤਿਆਰ, ਨਾਲ ਚੱਲਾ ਵੀ ਤਿਆਰ। ਠੀਕ ਹੈ ਜੀ ਸਾਰਾ ਕਟਿੰਗ, ਇਸ ਤਰ੍ਹਾਂ ਦੇ ਕੱਪੜੇ ਆ ਗਏ ਸਾਰੇ। ਲੋ ਜੀ ਆ ਫੈਬਰਿਕਸ ਦੇਖ ਸਕਦੇ ਹੋ, ਬਿਲਕੁਲ ਫਰੈਸ਼ ਆ ਚੁੱਕਿਆ ਜੀ ਇਹਨਾਂ ਕੋਲੇ। ਲੋ ਜੀ ਸੋ ਆ ਸਾਰੇ ਕਾਰੀਗਰ ਬੈਠੇ ਹੋਏ ਆ ਤੇ ਤੁਸੀਂ ਦੇਖ ਹੀ ਰਹੋ, ਜਿੱਦਾਂ ਕਿ ਇਹਨਾਂ ਕੋਲੇ ਸਟਿਚਿੰਗ ਵੀ ਹੋ ਰਹੀ ਆ, ਕਾਜ ਵੀ ਹੋ ਰਿਹਾ। ਆਜੋ ਤੁਹਾਨੂੰ ਦਿਖਾਉਂਦੇ ਆ ਪ੍ਰੋਪਰ। ਲੋ ਜੀ ਆ ਦੇਖੋ ਮਾਲ ਇੱਕ ਰੈਡੀ ਹੋ ਰਿਹਾ ਇਹਨਾਂ ਕੋਲੇ, ਆ ਲੋ ਚੈੱਕ ਕਰੋ। ਆ ਦੇਖੋ ਦੋ ਸੋ ਇਦਾਂ ਮਾਲ ਸਾਡੇ ਰੈਡੀ ਹੋ ਰਿਹਾ ਇਹਨਾਂ ਕੋਲੇ, ਸ਼ਰਟਸ ਦੀ ਸਾਰੀ ਮੈਨੂਫੈਕਚਰਿੰਗ ਆਪਣੀ ਆ। ਲੋ ਜੀ ਦੇਖ ਸਕਦੇ ਹੋ ਸਾਰੀ ਲੇਬਰ। ਸੋ ਆਜੋ ਹੁਣ ਇਹਨਾਂ ਦੇ ਜਿਹੜਾ ਉੱਪਰ ਪ੍ਰੈਸਿੰਗ ਤੇ ਸਟਿਚਿੰਗ ਦਾ ਹੈਗਾ ਯੂਨਿਟ ਉਹ ਦਿਖਾਉਂਦੇ ਆ ਤੁਹਾਨੂੰ। ਆਜੋ ਅਭੀ ਹਮ ਲੈ ਕੇ ਜਾ ਰਹੇ ਹਾਂ ਆਪਕੋ, ਦੇਖੋ ਸਾਰਾ ਮਾਲਾ ਮਾਲ ਤਿਆਰ ਹੋ ਰਿਹਾ ਹੈ। ये शर्ट सारी तैयार हो रही है, आप ये देखो शर्ट का हम दिखा रहे हैं आपको, ये आपको देखो ये शर्ट अलग अलग डिजाइन में तैयार हो रही है सबको, सारे साइज में माल तैयार हो रहा है। देखो सारे टेबल पे कारीगर बैठे हैं, ये सारी आइटम हो रही है, सब तैयार हो रही है हमारे, सारे कारीगर अलग बैठे हैं। देखो पीछे तक कारीगर बैठे हैं, ठीक है, कम से कम 300 कारीगर बैठा हुआ ऊपर और नीचे का भी प्लांट के अंदर, ये सब तैयार हो रहा है माल। ठीक है जी सर, तुम दिखाओ सारा ऊपर तो पूरा व्यू दिखाओ, सारे कारीगर बैठे हैं, देखो सारा सब लेयर बंदी भी कपड़े तैयार हो रहे हैं, बिल्कुल क्वालिटी हाई क्वालिटी सारे स्टैंडर्ड साइज है, चोर साइज डाटा कोई माल नहीं होगा। इधर भी लेबर बैठी है, ऊपर भी लेबर बैठी है, इतनी सारी तैयारी हो रही है, देखो सब शर्ट तो तैयारी हो रही है, सब लेबर बैठी है। वो देखो क्या हो रहा है, कॉलर का एक कॉलर वाला प्लांट है, थोड़ा पूरा मैंने कॉलर तो लग रहा है, पेस्टिंग हो रही है सारी, एक कॉलर की सारी पेस्टिंग हो रही है, कॉलर तैयार हो रहा है। देखो यह सारा फैक्ट्री बैठी है, लेबर सारे काम अपनी तैयारी कर रहे हैं, सारे माल की तैयारी कर दे, उसके बाद ऊपर आ रहे हो साढ़ा यूनिट। सब तक लेबर बैठी है, सब जगह तैयारी हो रही है, सब जगह लेबर बैठी है, सारे माल तैयार होके जा रहे हैं, सब शटर बन के तैयार हो रही है। देखो ये देखो तुम माल देख सकते हो, शर्ट दे सारे सैंपल तैयार हो रहे हैं, सारा सारा माल देखो अलग 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 वरायटी हो रही है, चेक प्लेन प्रिंट सारा कुछ होना तैयार है। उसके बाद आ जाओ देखो सारी मशीनरी साड़ी लगी है, लगभग भाजी कितनी मशीन चल रही है अपने मशीन ना, कम से कम भाजी 1000 मशीन चलती है इस समय पे।
बाकी सैंपल बाद में दिखाऊंगा, सब पैकिंग आना होगा। प्लेन भी है, चेक भी है, प्रिंट भी है। रेंज साढ़ी 110-115 रुपए तो स्टार्ट होके, हाँ बच्चे की आइटम 200 तक भी है आइटम। रेंज सारी आवेगी, प्लेन भी आएगा, चेक भी, इस तरह पैकिंग से ना इस तरह माल आएगा, सारा पाउच पैकिंग माल आएगा। देखो पैकिंग इस तरह आ जाएगी सारी, सब पैकिंग का वीडियो, इस तरह पैकिंग आएगी सारी पाउच पैक, कोई माल ना लूज नहीं होगा माल, और सारे माल संडे सारे आएंगे, 24, 26, 28, 30, 32, 34, 36, 38, इस तरह सारा माल आएगा। इधर जेंट्स का प्लांट है साढ़ा, ये सारा जेंट्स का है, इधर सब पैकिंग पाउच माल चाहिए, जिस तरह माल चाहिए, जिस रेट का माल चाहिए, हर तरह का माल मिल जाएगा इन्हों। वाइट ब्लैक वो भी माल मिलेगा, तुम एक बार पहले माल दिखा देना, फिर उन्होंने आइटम दिखा दूंगा पहले। ये देखो सारे पैकिंग वीडियो सर, इस तरह आएगा माल, ये देखो चेक दे माल आर्टिकल साढ़े सारे है, 110 रुपये तो शर्ट साढ़ी स्टार्ट है, हाँ 110 से लेके 400 तक आर्टिकल होगा सर। ये आइटम पहले देख लो पहले, ये देखो ये पैकिंग हो रहा है सारा माल, अगे माल जा रहा है सारा, फिर दोनों आइटम दिखा दूंगा इधर। ये देखो सर सारी 115 से लेके 130, 140, 145 सारी आइटम मिलेंगी तुम्हें, एक बार वैरायटी तुम्हें दिखा रहा मैं तुम्हें, फिर बाद में सैंपल सर आराम से दिखाऊंगा। ये देखो इस तरह पाउच वाला माल आएगा, आरएफडी शर्ट भी है, कार्गो शर्ट भी है, वाइट ब्लैक भी है, सारी आइटम। देखो प्रिंट के आर्टिकल है, ये देखो प्रिंट का आर्टिकल सारा मिलेगा, सारा रेंज वाले को सारी मिलेगी। ये देखो ये आइटम आ गई, वो आइटम देख रहे हो, आइटम सारी मिलेंगी साढ़े को। ये आइटम देखो पैकिंग सारी साढ़ी, इधर पाउच पैकिंग माल आएगा सारा, इस तरह माल सारा आएगा। देखो ये देखो आइटम पहले दिखा रहे हैं, फिर मैं माल दिखावांगा। ये चीज़ें देखो पैकिंग साड़ी, देखो प्लेन का प्लांट साढ़ा सारा इधर है, सारा प्लेन का आर्टिकल, जितना मर्जी प्लेन का आर्टिकल चाहिएगा, प्लेन का आर्टिकल साढ़े को 165-170 रुपये तो स्टार्ट होके घट्टों को 400 तक आर्टिकल है। प्लेन की मैं बतेरी वरायटी दिखा दूँ, देखो वाइट ब्लैक की पैकिंग है सारी। बाकी सू पार्टियाँ चैट से देख लेंगे, तुम चैट भेजेंगे सू, उ सारी आइटम दिखा देंगे, उस डिटेल नाल हर चीज़ डिस्क्रिप्शन के नाल आएगी सू, तुम सू जजमेंट कर सकते हो वो की आइटम होगी साढ़े को। यह देखो सारा आइटम, देखो वाइट पैकिंग इस तरह आ रही है साढ़े को, यह सारी आइटम है साढ़े को। उस बाद उपर का प्लांट दिखा देना, इधर सारी प्रेस हो रहा माल, यह सारा प्रेस हो रहा माल, यह माल सब प्रेस हो रहा है, यह चेकिंग पैकिंग हो रही है सारी माल, यह सारी लेबर लगी हुई चेकिंग पैकिंग हो गई। यह देखो सारे बच्चे की आइटम आ रही है, बड़े की आइटम आ रही है सारी, इस तरह माल आएगा सारा फ्रेश माल है। देखो माल होगा, देखो चेक करो, 6-6 कलर चार्ट है, यह हम बच्चे की आइटम है, सारे साइज मिल लेंगे, सब प्लांट सारा प्रेस हो रहा। देखो माल हो रहे, आ रहे मुक्ते आ रहे, नाल फिर प्रेस का प्लांट हो रहा सारा, इस तरह पैकिंग हो गई, थले माल आ जाएगा सारा।